ਮੂੰਗਫਲੀ ਦੀ ਖੁਸ਼ਬੂ ਅਤੇ ਰਿਓੜੀਆਂ ਦਾ ਸਵਾਦ, ਮੁਬਾਰਕ ਹੋਏ ਤੁਹਾਨੂੰ ਸਾਰਿਆਂ ਨੂੰ ਲੋਹੜੀ ਦਾ ਤਿਉਹਾਰ। ਅੱਜ ਸ਼ਾਮ ਨੂੰ ਜੇ ਤੁਸੀਂ ਆਪਣੀ ਖੁਸ਼ੀਆਂ ਭਰੀ ਲੋਹੜੀ ਮਨਾਓਗੇ, ਜ਼ਰੂਰ ਆਂਢ ਗਵਾਂਢ 'ਚ, ਰਿਸ਼ਤੇਦਾਰਾਂ 'ਚ, ਦੋਸਤਾਂ ਮਿੱਤਰਾਂ 'ਚ, ਜਿੱਥੇ ਵੀ ਕਿਸੇ ਧੀ ਦਾ ਜਨਮ ਹੋਇਆ ਹੈ, ਉਸ ਧੀ ਦੀ ਲੋਹੜੀ ਮਨਾਉਣਾ ਨਾ ਭੁੱਲਣਾ। ਧੀ ਅਤੇ ਪੁੱਤ ਵਿੱਚ ਆਪਾਂ ਫਰਕ ਨਹੀਂ ਕਰਨਾ, ਧੀਆਂ ਦੀ ਲੋਹੜੀ ਮਨਾ ਕੇ ਇਹਨਾਂ ਦਾ ਮਾਣ ਵਧਾਉਣਾ ਹੈ। ਧੀਆਂ ਸਾਡਾ ਮਾਣ।